अस्सलाम वालेकुम दोस्तों, क्या हाल है? ठीक हो जनाब? इस वक्त अस पुजे अली हैदराबाद शाह छत दीने। इन्होंने जनाब सारे कबूतर बह गए, जनाब तुहानू चिट पकाने। जनाब छत में व्यू है, बस ठीक है। ठीक है मैं दस दिया। सारे मोरल क्रॉस की नहीं पकड़ने कोई है। इन्हें कबूतर उड़े सन जनाब आज टूर्नामेंट च, इन्होंने सारे कबूतर पूरे हो गए। कोई कबूतर पकड़ ही लो जरा मिलेगा कोई एक। बस ठीक है मोर दस दियो मोर मोर मोर। ए जनाब मोर है, ए क्रॉस 300 सब क्रॉस लाया है। चार बड़े पीछे छत है तो सुन ਇਹ ਜਨਾਬ ਛੱਤ ਮਾਲਕ ਸਾਹਿਬ ਸਨ, ਇਹ ਮੁਨਸਿਫ ਆਏ ਸਨ। ਕਿਹੜੀ ਛੱਤ ਆਏ ਸੋ ਭਾਈ ਜਾਨ? ਅੱਛਾ ਰਾਜਾ ਸਦਰ ਸਾਹਿਬ ਨੀ ਛੱਤ ਤੋਂ ਚੱਕ ਬਟਾ ਕਹਿ ਆਖਣੇ ਹੋ ਜਿਹੜਾ ਇਹ ਟੂਰਨਾਮੈਂਟ ਭਾਈ ਫਿਆਜ਼ ਕਰਵਾ ਰਹੇ ਨੇ 21 ਕਬੂਤਰਾਂ ਵਾਲਾ, ਇਸ ਨੇ ਕੋਈ ਬਾਰੇ ਕੋਈ ਰਾਏ ਦੇ ਸੋ? ਜ਼ਰੂਰ ਕਿਉਂ ਰਾਏ ਦੇ ਸੋ, ਬਹੁਤ ਅੱਛਾ ਸ਼ੋ ਕਰ ਲੱਗੇ ਮੇਰੀ ਆਪਣੀ ਉਹਨਾਂ ਨਾਲ ਮੁਲਾਕਾਤ ਹੋਈ ਹੈ, ਬਹੁਤ ਅੱਛੇ ਬੰਦੇ। ਔਰ ਟੂਰਨਾਮੈਂਟ ਦੇ ਬਾਰੇ ਮੈਂ ਅਕਸਰ ਬਹੁਤ ਚੰਗਾ ਟੂਰਨਾਮੈਂਟ ਹੋਣ ਲੱਗੇ ਅਜੇ ਤੱਕ ਫਿਲਹਾਲ ਤਾਂ ਰਿਕਾਰਡ ਛੱਤਾਂ छत उड़ी है शार नाम पर उड़ी है इन्होंने उस्ताद ना नाम गुजरात उस्ताद बाजवा साहब गुजरात ना तलक जी जी गुजरात अच्छा सुबह टाइम वो खुद ही था छत पर मौजूद सन। जी ठीक है जनाब छत है। ਇਹਨਾਂ ਆਖਿਆ ਜੀ ਬਸ ਛੱਤ ਮਾਲਕ ਸਾਡੇ ਨਾਲ ਮੁਨਸਿਫ ਸਾਹਿਬ ਆ ਰਹੇ ਨੇ ਕਿ ਬਹੁਤ ਅੱਛਾ ਤਾਮਨ ਕੀਤਾ ਇਹਨਾਂ ਫਰੀ ਹੈਂਡ ਦੇ ਰੱਖਿਆ ਤਾਂ ਭਾਈ ਫਿਆਜ਼ ਕੀ ਆਨੇ ਨੇ ਕਿ ਇੰਨਾ ਬਹੁਤ ਅੱਛਾ ਟੂਰਨਾਮੈਂਟ ਕਰਵਾ ਰਹੇ ਨੇ ਮੁਬਾਰਕਬਾਦ ਪੇਸ਼ ਕੀਤੀ ਇਹਨੇ ਅਸਾਂ ਇਹਨਾਂ ਨਾਲ ਵੀ ਸ਼ੁਕਰੀਆ ਅਦਾ ਕਰਨੇ ਹਾਂ ਤਾਂ ਜਨਾਬ ਤੁਹਾਨੂੰ ਇਨਸ਼ਾਅੱਲਾ ਥੋੜ੍ਹੀ ਦੇਰ ਤੱਕ ਇੱਕ ਹੋਰ ਛੱਤ ਨਾਲ ਜਿਹੜਾ ਵਿਜ਼ਿਟ ਕਰਾਇਆ ਜਾ ਸੀ।